ਪਾਰਕ ਅਸੀਂ ਬੜੀ ਮੁਸ਼ਕਲ ਨਾਲ ਮਨਜ਼ੂਰ ਕਰਾਇਆ ਸੀਗਾ ਅਤੇ ਅਸੀਂ MLA ਸਾਹਿਬ ਨੂੰ ਲਿਆਂਦਾ ਸੀ ਅਤੇ ਜ਼ਿਲ੍ਹਾ ਪ੍ਰੀਸ਼ਦ ਜਿਹੜਾ ਮੈਂਬਰ ਸਾਡਾ ਬਣਿਆ ਉਹ ਵੀ ਆਇਆ ਸੀਗਾ ਅਤੇ ਅਸੀਂ ਇੱਥੇ 280 ਟਰਾਲੀ ਲਗਭਗ ਮਿੱਟੀ ਪਾਈ। ਅਸੀਂ ਆਹ ਕੰਮ ਚਲਾਇਆ ਅਤੇ ਨਵੇਂ ਸਰਪੰਚ ਨੇ ਆ ਕੇ ਬੰਦ ਕਰਾ ਕੇ ਤਾਂ ਤੁਹਾਡੇ ਸਾਹਮਣੇ ਸਾਰਾ ਵੇਖੋ ਫਿਰ ਦੁਬਾਰਾ ਮੱਲਿਆ ਪਿਆ, ਆਹ ਸਾਰਾ ਕਬਜ਼ਾ ਕਰਾ ਕੇ ਅਸੀਂ ਬੜੀ ਮੁਸ਼ਕਲ ਨਾਲ ਨਿਸ਼ਾਨਦੇਹੀ ਕਰਾ ਕੇ, ਉਦੋਂ ਮੰਨ ਜਿਹੜੇ ਆਪੋਜੀਸ਼ਨ ਨੇ ਸਾਰੇ ਰੋਕਦੇ ਸੀਗੇ ਤਾਂ ਅਸੀਂ ਬੜੀ ਮੁਸ਼ਕਲ ਨਾਲ ਨਿਸ਼ਾਨਦੇਹੀ ਕਰਾਇਆ ਅਤੇ ਸਾਰਾ ਕਾਰੋਬਾਰ ਚਲਾਇਆ ਸੀ ਤਾਂ ਉਹਨਾਂ ਲਿਆ ਕੇ ਸਾਰਾ ਰੁਕਵਾ ਦਿੱਤਾ ਅਤੇ ਮੁੜ ਦੁਬਾਰਾ ਉਸੇ ਤਰ੍ਹਾਂ ਜਿਵੇਂ ਪਹਿਲਾਂ ਅਸੀਂ ਕਬਜ਼ਾ ਉਸ ਤਰ੍ਹਾਂ ਫਿਰ ਦੁਬਾਰਾ ਕਬਜ਼ਾ ਕਰਾ ਦਿੱਤਾ। ਸਾਰੇ ਪਿੰਡ ਨੇ ਆਦੋ ਕੋਲੋਂ ਪੈਸੇ ਇਕੱਠੇ ਕਰ 5-4 ਹਜ਼ਾਰ 2-2 ਹਜ਼ਾਰ ਰੁਪਏ ਇਕੱਠੇ ਕਰਕੇ ਇੱਥੇ ਮਿੱਟੀ ਪਾਈ, ਫਿਰ ਇਹਦੀ ਅਸੀਂ ਨਿਸ਼ਾਨਦੇਹੀ ਕਰਾਈ, ਕਿਸੇ ਲੋਕ ਨੂੰ ਕੋਈ ਤੰਗ ਨਹੀਂ ਕੀਤਾ। ਅਸੀਂ 19 ਜਗ੍ਹਾ 'ਤੇ ਪਾਰਕ ਨਰੇਗਾ ਥਰੂ ਪਾਰਕ ਬਣਾ ਰਹੇ ਸੀ, ਜਦੋਂ ਬਣਾ ਰਹੇ ਸੀ ਅੱਧਾ ਬਣਿਆ ਸੀ, ਉਸ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ, ਪੰਚਾਇਤ ਦੇ ਇਲੈਕਸ਼ਨ ਹੋ ਗਏ, ਪੰਚਾਇਤੀ ਇਲੈਕਸ਼ਨ ਬਾਅਦ ਜਦੋਂ ਨਵਾਂ ਸਰਪੰਚ ਬਣਿਆ ਜੀ, ਉਹਨੇ ਸਭ ਤੋਂ ਪਹਿਲਾਂ ਕਾਮਯਾਬ ਕੀਤਾ, ਪਾਰਕ ਨੂੰ ਤੋੜਿਆ ਗਿਆ। ਜੋ ਤੁਸੀਂ ਵੇਖ ਰਹੇ ਜੇ ਇੱਥੇ ਜਿਹੜਾ ਆਪਦੇ ਚੇਤੇ ਸੀ ਉਹਨਾਂ ਦੇ ਤੁਸੀਂ ਇਹ ਕੈਮਰਾ ਉੱਧਰ ਕਰੋ, ਲੱਕੜਾਂ ਲੁਕੜਾਂ ਆਲੀ ਸਭ ਰੂੜੀ ਸਰਾਤੀ, ਜਿਹਦੇ ਕਾਰਨ ਇੱਕ ਤਾਂ ਸਰਕਾਰ ਦਾ ਬਹੁਤ ਨੁਕਸਾਨ ਹੋਇਆ, ਨਰੇਗਾ ਥਰੂ ਜੋ ਪੇਮੈਂਟ ਆਈ ਹੈ ਉਹ RTI ਤੁਹਾਨੂੰ ਪਤਾ ਲੱਗ ਜਾਏਗਾ ਜੀ, ਇੱਕ ਤਾਂ ਸਰਕਾਰ ਦਾ ਨੁਕਸਾਨ ਬਹੁਤ ਹੋਇਆ ਜੀ, ਇੱਕ ਦੂਜਾ ਜਿਹੜੇ ਆ ਆਲੀ ਅਤੇ ਰੂੜੀ ਆਈ ਪਈ ਹੈ, ਆਹ ਲੋਕਾਂ ਨੂੰ ਬੜੇ ਬਿਮਾਰ ਹੋ ਜਾਣਗੇ। ਵੀ ਚਾਰ ਕਿਧਰੋਂ 4 ਫੁੱਟ ਕਿਧਰੋਂ 3 ਫੁੱਟ ਕਿਧਰੋਂ 5 ਫੁੱਟ ਕੰਧਾਂ ਨਾਲ ਛੁਡਾ ਕੇ ਅਤੇ ਐਡਾ ਵੱਡਾ ਖਾਲਾ ਬਣਾ ਰਿਹਾ ਜਿਹਦੇ ਨਾਲ ਕਿ ਪਿੰਡ ਦਾ ਨੁਕਸਾਨ ਜ਼ਿਆਦਾ, ਫਾਇਦਾ ਕੋਈ ਨਹੀਂ ਇੱਕ ਪੈਸੇ ਦਾ ਵੀ, ਠੀਕ ਹੈ ਨਹੀਂ। ਇੱਥੇ ਤਾਂ ਬਰੇ ਖਾਲੇ 'ਚ ਜਿੰਨਾ ਖਾਲਾ ਡੂੰਘਾ ਬਣਾਇਆ ਜਾਂਦਾ ਪਿਆ, ਇੱਕ ਤਾਂ ਸਾਡੀ ਆਵਾਜਾਈ ਨੂੰ ਬਹੁਤ ਦਿੱਕਤ ਹੋ, ਕਿਉਂਕਿ ਮੰਡੀ ਸਾਡੀ ਲੱਗਦੀ ਅੱਗੇ ਦਾਣਾ ਮੰਡੀ ਹੈ, ਪਲੱਸ 4-5 ਛੈਲਰ ਹੈਗੇ ਨੇ ਜਿਹਦੇ ਜਿਹੜੇ ਕਿ ਕੱਲ੍ਹ ਇੱਥੇ ਟਰਾਲੇ ਵੀ ਆਉਂਦੇ ਨੇ, ਛੋਟੇ ਵੀ ਆਉਂਦੇ ਨੇ, ਵੱਡੇ ਵੀ ਆਉਂਦੇ ਨੇ। ਬੜੀ ਬੇਨਤੀ ਕੀਤੀ ਸਰਪੰਚ ਨੂੰ ਵੀ ਕਹਿੰਦੇ ਦੇ ਨਾਲ ਤੁਸੀਂ ਸੜਕਾਂ ਬਣਾ, ਪਰ ਉਹਨੇ ਕੋਈ ਗੱਲ ਗੌਲੀ ਨਹੀਂ ਸਾਡੀ, ਠੀਕ ਹੈ ਨਾ ਜੀ। ਅਤੇ ਸਾਨੂੰ ਇਸ ਇਹਦੀ ਬੜੀ ਸਮੱਸਿਆ ਆਵੇਗੀ ਬਾਅਦ 'ਚ, ਨਾ ਸਾਡਾ ਇੱਥੋਂ ਪਾਣੀ ਦਾ ਨਿਕਾਸ ਹੋਣਾ, ਗੰਦ ਵੱਜੇਗਾ। ਇਹ ਜਿਹੜੇ ਆਰੋਪ ਇਹਨਾਂ ਲਗਾਏ ਨਾ ਜੀ, ਇਹ ਮਨ ਘੜਤ ਨੇ, ਇਹ ਕਹਾਣੀ ਬਣਾਉਂਦੇ ਹੈ, ਕਿਉਂਕਿ ਇਹ ਸਾਰੇ ਜਿਹੜੇ 5-7 ਬੰਦੇ ਹੈ, ਇਲੈਕਸ਼ਨ ਆ ਰਿਹਾ, 80-85% ਪਿੰਡ ਮੇਰੇ ਨਾਲ ਖੜ੍ਹਾ ਹੈ। ਅਤੇ ਜਿਹੜਾ ਅਸੀਂ ਰਹਿ ਗਈ ਗੱਲ ਜਿਹੜਾ ਨਾਲਾ ਬਣਾ ਰਹੇ ਹਾਂ, ਉਹ ਨਾਲਾ ਬਿਲਕੁਲ ਸਹੀ ਹੈ, ਉਸ ਗਲੀ ਵਾਲਿਆਂ ਨੂੰ ਪੁੱਛੋ ਜਿਨ੍ਹਾਂ ਦਾ ਨਾਲਾ ਬਣ ਰਿਹਾ ਹੈ, ਕਿਉਂਕਿ ਉਹਨਾਂ ਨੂੰ 15 ਸਾਲਾਂ ਤੋਂ ਪ੍ਰੋਬਲਮ ਹੈਗੀ ਹੈ, 15 ਸਾਲਾਂ ਤੋਂ। ਅੱਛਾ ਜੀ, 15 ਸਾਲਾਂ ਤੋਂ ਉਹਨਾਂ ਦਾ ਜਿਹੜਾ ਨਿਕਾਸੀ ਦਾ ਜਿਹੜਾ ਹੈਗਾ ਨਾ ਹਾਲ ਬਹੁਤ ਬੁਰਾ ਹੈ, ਉਹਨਾਂ ਦੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਅਤੇ ਸੜਕ 'ਤੇ ਪਾਣੀ ਖੜ੍ਹ ਜਾਂਦਾ ਅਤੇ ਲੋਕ ਆਉਣ ਜਾਣ ਵਾਲੇ ਜਿਹੜੇ ਨਾ ਸਾਰੇ ਰਾਹਗੀਰ ਸਾਰਾ ਪਿੰਡ ਤੰਗ ਹੁੰਦਾ। ਅਤੇ ਰਹਿ ਗਈ ਗੱਲ ਗਲੀਆਂ ਦੀ, ਗਲੀਆਂ ਦੇ ਵਿੱਚ 58 ਲੱਗਿਆ ਹੋਇਆ ਸੀ, 58 ਅਸੀਂ ਪੱਟਿਆ ਹੈ, ਉਹ ਮਤਾ ਪਾ ਕੇ ਪੱਟਿਆ, ਮਨਜ਼ੂਰੀ ਲੈ ਕੇ ਪੱਟਿਆ, ਅਤੇ ਉਹ ਮਨਜ਼ੂਰੀ ਸਾਡੇ ਕੋਲ ਹੈ, ਅਸੀਂ ਜਦੋਂ ਹੁਣ ਸਾਨੂੰ ਗਟਕਾ ਮਿਲੇਗਾ ਅਸੀਂ ਉਹਦੇ ਵਿੱਚ ਇੰਟਰਲੋਕ ਲਾ ਦੇਵਾਂਗੇ। ਸਰ, ਜਿਹੜਾ ਇੰਟਰਲੋਕ ਪਹਿਲਾਂ ਲੱਗੀ ਸੀ ਪੱਟਤੀ, ਉਹਦੇ ਸਰ ਉਹਦੇ ਉਹ ਲੱਗੇ ਨਰੇਗਾ ਦੇ ਥਰੂ ਲੱਗੀ ਜਾਂਦੇ ਹੋ? ਉਹ ਨਰੇਗਾ ਦੇ ਥਰੂ ਨਹੀਂ ਲੱਗੀ ਜੀ, ਉਹ ਨਰੇਗਾ ਦੇ ਥਰੂ ਜੇ ਲੱਗੀ ਹੈ ਤਾਂ ਅਸੀਂ ਉਹਦੇ ਬਿੱਲ ਨਾ ਪਾਉਂਦੇ, ਜੇ ਬਿੱਲ ਪਾਸ ਕਰਾਇਆ ਤਾਂ ਕੋਈ ਉਹ ਪਤਾ ਲੱਗ ਜਾਏਗਾ ਔਨਲਾਈਨ ਹੋਇਆ ਕਿ ਨਹੀਂ ਹੋਇਆ, ਕੁਛ ਵੀ ਨਹੀਂ ਗਾਇਆ ਸੀ ਗੱਲ, ਉਹ ਸਿਰਫ ਅਸੀਂ ਲਾਉਣੀ ਸ਼ੁਰੂ ਕੀਤੀ ਸੀ ਪਰ ਉਹ ISI ਮਾਰਕਾ ਨਹੀਂ ਗਈ ਸੀ ਅਤੇ ਅਸੀਂ ਬੰਦ ਕਰਤੀ। ਹੁਣ ਅਸੀਂ ਗਟਕਾ ਲਵਾਂਗੇ, ਜਦੋਂ ਸਾਨੂੰ ਗਟਕਾ ਮਿਲਦਾ ਹੈ ਕੋਈ ਇੰਤਜ਼ਾਮ ਕਰਦੇ ਹਾਂ, ਗਟਕਾ ਮਿਲ ਗਿਆ ਅਤੇ ਉਸ ਤੋਂ ਬਾਅਦ ਇੰਟਰਲੋਕ ਲੈ ਕੇ ਅਤੇ ਲਾ ਦਿਆਂਗੇ ਜੀ। ਮੈਂ ਮੌਕਾ ਵੇਖਿਆ, ਜੇ ਹੁੰਦਾ ਕੋਈ ਨਜਾਇਜ਼ ਹੋਵੇ ਤਾਂ ਉਹਨੂੰ ਆਪਾਂ ਕਾਰਵਾਈ ਕਰਾਂਗੇ। ਉਹਦੇ ਵਿੱਚ ਥੱਲੇ ਨਾ ਤੂੰ ਗੱਟਾ ਪਾਇਆ, ਉਹਦੇ ਵਿੱਚ ਨਾ ਰੋਟੀ ਪਾਈ, ਅਤੇ ਜਿਹੜਾ ਸੰਬੰਧਿਤ ਅਧਿਕਾਰੀ ਸਰ ਉਹਦੇ ਬਾਰੇ ਉਹਨੇ ਕੀ ਕੀਤਾ ਸਰ? ਸੰਬੰਧਿਤ ਅਧਿਕਾਰੀ ਨੇ ਲੇਬਰ ਪੈ ਗਈ, ਕਿਉਂਕਿ ਬਣ ਗਈ ਸੜਕ ਸਰ, ਕੋਈ ਰਿਕਾਰਡ ਕਢਾਉਣਾ, ਰਿਕਾਰਡ ਘੱਟ ਦੇਖ ਲੈਂਦੇ ਹਾਂ ਜੋ ਬਣਦੀ ਕਾਰਵਾਈ ਕਰਾਂਗੇ ਆਪਾਂ।